ਹੱਥਕੜੀਆਂ ਸਮੇਤ ਭੱਜਿਆ ਹਵਾਲਾਤੀ, ਨੰਗੇ ਪੈਰ ਸੜਕ ਤੇ ਲਾਈਆਂ ਦੌੜਾਂ, ਪਿੱਛੇ ਭੱਜੇ ਪੁਲਿਸ ਵਾਲੇ। ਤਸਵੀਰਾਂ ਦੇ ਵਿੱਚ ਸੜਕ ਤੇ ਨੰਗੇ ਪੈਰ ਦੌੜਦਾ ਇਹ ਸ਼ਖਸ ਹਵਾਲਾਤੀ ਹੈ ਜੋ ਹੱਥਕੜੀਆਂ ਸਮੇਤ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਫਰਾਰ ਹੋਇਆ, ਜਿਸ ਦਾ ਪਿੱਛਾ ਪੁਲਿਸ ਵਾਲੇ ਕਰ ਰਹੇ ਨੇ। ਦਰਅਸਲ ਇਸ ਮੁਲਜ਼ਮ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਨੂੰ ਮੈਡੀਕਲੀ ਹਸਪਤਾਲ ਲਿਆਂਦਾ ਗਿਆ ਤੇ ਇੱਥੇ ਹੀ ਇਹ ਪੁਲਿਸ ਵਾਲਿਆਂ ਨੂੰ ਚਕਮਾ ਦੇ ਕੇ ਮੌਕਾ ਦੇ ਕੇ ਉੱਥੋਂ ਫਰਾਰ ਹੋ ਗਿਆ। ਹੱਥਕੜੀਆਂ ਲੱਗੀਆਂ ਹੋਈਆਂ ਨੇ ਤੇ ਪੈਰੀ ਚੱਪਲ ਵੀ ਨਹੀਂ ਹੈ, ਬਸ ਇਸਨੇ ਭੱਜਣ ਦੀ ਕੀਤੀ ਹੈ। ਸੜਕਾਂ ਦੇ ਉੱਤੇ ਨੰਗੇ ਪੈਰ ਦੌੜ ਰਿਹਾ ਹੈ ਤੇ ਇਸ ਦੇ ਪਿੱਛੇ ਪੁਲਿਸ ਵਾਲੇ ਲੱਗੇ ਹੋਏ ਨੇ ਤੇ ਇਸ ਦਾ ਪਿੱਛਾ ਕਰ ਰਹੇ ਨੇ। ਇਹ ਮਾਮਲਾ ਨਵਾਂ ਸ਼ਹਿਰ ਦਾ ਹੈ, ਜਿੱਥੇ ਕੋਰਟ ਵਿੱਚ ਪੇਸ਼ੀ ਤੋਂ ਪਹਿਲਾਂ ਇਸ ਮੁਲਜ਼ਮ ਨੂੰ ਜਾਂਚ ਦੇ ਲਈ ਹਸਪਤਾਲ 'ਚ ਲਿਆਂਦਾ ਗਿਆ ਸੀ, ਮੈਡੀਕਲ ਕਰਵਾਉਣਾ ਸੀ, ਪਰ ਉਸ ਤੋਂ ਪਹਿਲਾਂ ਹੀ ਇਹ ਹੱਥਕੜੀਆਂ ਸਮੇਤ ਉੱਥੋਂ ਫਰਾਰ ਹੋ ਗਿਆ ਅਤੇ ਪੁਲਿਸ ਵਾਲੇ ਵੀ ਇਸਦਾ ਪਿੱਛਾ ਕਰਨ ਲੱਗ ਗਏ। ਬੜੀ ਮੁਸ਼ਕਲ ਦੇ ਨਾਲ ਇਸ ਨੂੰ ਕਾਬੂ ਤੱਕ ਕਰ ਲਿਆ ਗਿਆ, ਪਰ ਇਸਨੇ ਕਾਫੀ ਦੇਰ ਪੁਲਿਸ ਦੀਆਂ ਦੌੜਾਂ ਲਵਾਈਆਂ ਨੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਮੁਲਜ਼ਮ ਨੂੰ 7 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਸੀ ਤੇ ਇਸਦਾ ਮੈਡੀਕਲ ਕਰਵਾਉਣ ਲਈ ਇਸ ਨੂੰ ਬੰਗਾ ਦੇ ਹਸਪਤਾਲ 'ਚ ਲਿਆਂਦਾ ਗਿਆ ਸੀ, ਜਿੱਥੋਂ ਇਹ ਹੱਥਕੜੀ ਲੱਗੀਆਂ ਤੇ ਹੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਦੋ ਪੁਲਿਸ ਵਾਲਿਆਂ ਨੇ ਇਸਦਾ ਪਿੱਛਾ ਵੀ ਕੀਤਾ ਤੇ ਕਾਫੀ ਅੱਗੇ ਜਾ ਕੇ ਇਸ ਨੂੰ ਕਾਬੂ ਵੀ ਕਰ ਲਿਆ। ਕਾਬੂ ਕਰਨ ਤੋਂ ਬਾਅਦ ਪੁਲਿਸ ਵਾਲੇ ਵੀ ਬਿਨਾਂ ਮੈਡੀਕਲ ਕਰਵਾਏ ਉਸ ਨੂੰ ਵਾਪਸ ਥਾਣੇ ਲੈ ਗਏ। ਭੱਜਦੇ ਹਵਾਲਾਤੀ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ, ਜਿਸ ਵਿੱਚ ਇਹ ਦੌੜਦਾ ਨਜ਼ਰ ਆਇਆ ਹੈ ਤੇ ਇਸ ਦਾ ਪਿੱਛਾ ਪੁਲਿਸ ਵਾਲੇ ਕਰ ਰਹੇ ਸਨ। ਹਾਲਾਂਕਿ ਪੁਲਿਸ ਵਾਲਿਆਂ ਵੱਲੋਂ ਬੜੀ ਮੁਸ਼ਕਲ ਦੇ ਨਾਲ ਇਸ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਮੁੜ ਤੋਂ ਇਸ ਨੂੰ ਅੰਦਰ ਬੰਦ ਕਰ ਦਿੱਤਾ ਗਿਆ ਹੈ।